हो जाओ अपनी आशीष में अंदर ही। तैयार हो जाओ अपनी द्वारा छुए जाने तैयार हो जाओ सत्सन अपने अपने आपने अपमान करो मैं नहीं जानता उसी कैसे प्रॉब्लम दे गए थे थोड़ी बॉडी दे गए थे कितने दर्द से आ कि इन्फेक्शन या कैसे बीमारी देना जूझ रहे हैं उसी मैं नहीं जानता थोड़ा परमेश्वर जानता है और जो तंग दर्द की हालत दे गए थे प्रॉब्लम की हालत दे गए थे जीसस अपने स्थान पर खड़े हो जाओ अपनी अनुमान करो अपने हाथों से अग्नि में उठाओ मैं परमेश्वर का दास तन पवित्र के नाम के नाल आशीष और बरकत देना चाहता अगर तुसी विश्वास करते हैं तो मैं तुम्हें दसना चाहता हूँ कि आज का कलाम जो मैं तुम्हें दसना है सुनते चंगे हो जाओगे अपने विश्वास को खुले लेवल से ले आओ क्योंकि बाइबल आपके दास है ना विश्वास के उसी परमेश्वर को पसंद नहीं कर सकते अपनी बीमारी वापस आओ क्योंकि जो प्रभु ने दसिया आ प्रभु ने आख्या जब तुम डिलीवर कीते जाना है जब तुम आगे तुम डिलीवर कीते जाना है वही लोग डिलीवर होंगे जिन्हें विश्वास को बताओगे जिन्हें प्रभु के ऊपर विश्वास रखेंगे और मेरी गलों को बड़े ध्यान देना सुनेंगे थैंक यू जीसस सीरियस हो जाओ रेडी हो जाओ अपनी चंगाई होने अपने लिए यस जीसस धन्यवाद करता हूं अपने हाथों में सर्दी वाल उठाओ पवित्र बाइबल दे लिखिया जब तुसी प्रॉफिट ईशा की किताब को पढ़ते हैं यशाया की पुस्तक को पढ़ते हैं जब तुसी ओदा 6 बाब को पढ़ते हैं तो फिर पता लगेगा मैं बातें सरदास को देने वाले तुम पवित्र के नाम के अनुसार आशीष और बरकत देना चाहता बड़े ही अदर के नाल सुनना लिखिया जब यशाया दर्शन देखता है दो खंभा ढकते और की देखना कहता मैं दो सराफीमां नु आपस से गल करते देखना एक सराफीम दूजे नु आखदा पवित्र 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 सेना दा यहोवा सारी धरती ओदे प्रताप दे नाल भरी हुई आ और फिर की देखना कहता जदों उन्हां ने शब्द बोलिया ते सरदल दीआं नीआं हिल गईआं नीआं हिल गईआं अज जो तुसी आमिन बोलना आ अज तुसी हालेलुया बोलना आ तुहाडियां दर्दां दीआं नीआं तुहाडी बीमारी दीआं नीआं हिल जाणियां चाहीदियां परमेश्वर देख लिया मर जावा क्योंकि मैं अखा अपने परमेश्वर देख लिया और की आखना कि मैं भ्रिष्ट बुला बनाया भ्रिष्ट बुला
ਗੁਨਾਹ ਵਾਲੇ ਲੋਕਾਂ ਦੇ ਵਿੱਚ ਰਹਿੰਦਾ ਆ। ਇੰਨੀ ਗੱਲ ਆਖਦੇ ਆ, ਲਿਖਿਆ ਕਿ ਸਰਾਫੀ ਉੱਡ ਕੇ ਉਹਦੇ ਕੋਲ ਆਉਂਦਾ ਆ, ਉਹ ਜਗਵੇਦੀ ਤੋਂ ਪਰਮੇਸ਼ਰ ਦੀ ਜਗਵੇਦੀ ਤੋਂ ਇੱਕ ਬਣਦਾ ਹੋਇਆ ਘੋੜਾ, ਪੱਕਦਾ ਹੋਇਆ ਘੋੜਾ ਚਿਮਟੇ ਦੇ ਨਾਲ ਚੱਕਦਾ ਆ ਤੇ ਯਸ਼ਾਇਆ ਦੇ ਕੋਲ ਆ ਜਾਂਦਾ ਆ। ਉਹ ਲਿਖਿਆ ਉਹਨੂੰ ਛੂੰਦਾ ਆ, ਉਹਦੀ ਜ਼ੁਬਾਨ ਨੂੰ ਛੂੰਦਾ ਤੇ ਆਖਦਾ ਆ ਕਿ ਹੁਣ ਤੇਰੀ ਬਦੀ ਤੇਰੇ ਤੋਂ ਦੂਰ ਕਰ ਦਿੱਤੀ ਗਈ ਆ, ਤੇਰੇ ਪਾਪ ਢੱਕ ਦਿੱਤੇ ਗਏ ਆ। ਹਾਲੇਲੂਯਾ ਹਾਲੇ ਪਵਿੱਤਰ ਬਾਈਬਲ ਜਦੋਂ ਤੁਸੀਂ ਧਿਆਨ ਦੇ ਨਾਲ ਪੜ੍ਹਦੇ ਯਹੂਦੀ ਪੰਦਰੀ ਦੇ ਵਿੱਚ ਲਿਖਿਆ, ਇਸ ਜ਼ੁਬਾਨ ਨੂੰ ਕੋਈ ਵੀ ਬੰਦਾ ਧਰਤੀ ਦੇ ਉੱਤੇ ਕਾਬੂ ਨਹੀਂ ਕਰ ਸਕਿਆ, ਇਹਨੂੰ ਕੰਟਰੋਲ ਦੇ ਵਿੱਚ ਨਹੀਂ ਕਰ ਸਕਿਆ। ਉਸ ਟਾਈਮ ਪਵਿੱਤਰ ਆਤਮਾ, ਉਸ ਟਾਈਮ ਉਹ ਜਿਹੜਾ ਭੱਖਦਾ ਹੋਇਆ ਕੋੜਾ ਸੀਗਾ, ਅੱਜ ਉਹ ਪਵਿੱਤਰ ਆਤਮਾ ਦਾ ਰੂਪ ਲੈ ਚੁੱਕਾ ਆ। ਅੱਜ ਉਹ ਪਵਿੱਤਰ ਆਤਮਾ ਦੇ ਰੂਪ ਚ ਤੇਰੀ ਜ਼ਿੰਦਗੀ ਦੇ ਉੱਪਰ ਉੱਤੇ ਹੈ ਔਰ ਤੈਨੂੰ ਆਜ਼ਾਦ ਕਰ ਦੇਵੇ ਸਾਰੇ ਬੰਦਨਾਂ ਤੋਂ, ਸਾਰੇ ਬੰਦੀ ਤੋਂ। ਔਰ ਲਿਖਿਆ ਸਾਡੀ ਬੋਡੀ ਦੇ ਵਿੱਚ ਸਭ ਤੋਂ ਛੋਟਾ ਅੰਗ ਸਾਡੀ ਜ਼ੁਬਾਨ ਆ, ਔਰ ਇਹ ਬੜੇ ਖੋੜ ਮਾਰਦੀ ਆ, ਇਹਨੂੰ ਮੈਂ ਕਾਬੂ ਦੇ ਵਿੱਚ ਨਹੀਂ ਕਰ ਸਕਿਆ। ਔਰ ਜਦ ਖੁਦਾ ਦਾ ਪਵਿੱਤਰ ਆਤਮਾ ਬੰਦੇ ਦੇ ਉੱਪਰ ਆਉਂਦਾ ਆ, ਤਦ ਉਹਦਾ ਪਵਿੱਤਰ ਆਤਮਾ ਬੰਦੇ ਨੂੰ ਛੂੰਦਾ ਆ, ਉਹਦੀ ਬਦੀ ਮਾਫ਼ ਕਰ ਦਿੱਤੀ ਜਾਂਦੀ ਆ, ਉਹਦਾ ਜੀਵਨ ਚੇਂਜ ਹੋ ਜਾਂਦਾ, ਤਦ ਉਹਦਾ ਰੂਹ ਉਹਦੇ ਅੰਦਰ ਆ ਜਾਂਦਾ ਆ। ਲਿਖਿਆ ਸੁਣੋ, ਲਿਖਿਆ ਇੱਕ ਛੋਟੀ ਜੀ ਚੰਗਿਆਰੀ ਪੂਰੇ ਜੰਗਲ ਨੂੰ ਤਬਾਹ ਕਰਕੇ ਰੱਖ ਦਿੰਦੀ ਆ, ਅੱਜ ਦੀ ਛੋਟੀ ਜਿਹੀ ਚੰਗਿਆਰੀ ਪੂਰੇ ਜੰਗਲ ਨੂੰ ਤਬਾਹ ਕਰਕੇ ਰੱਖ ਦਿੰਦੀ ਆ। ਮੈਂ ਜਾਣਦਾ ਜਿੰਨਾ ਕੁ ਮੈਂ ਐਕਸਪੀਰੀਅੰਸ ਕੀਤਾ ਆ, 50% ਲੋਕ ਜਿਹੜੇ ਆ ਜ਼ੁਬਾਨ ਤੋਂ ਹੀ ਪਾਪ ਕਰਦੇ ਆ। ਕਿੱਦਾਂ ਕਰਦੇ ਆ? ਜਦੋਂ ਕਿਸੇ ਦੀ ਚੁਗਲੀ ਕਰਦੇ ਆ, ਜਦੋਂ ਕਿਸੇ ਦੇ ਦੋਸ਼ ਲਾਉਂਦੇ ਆ, ਜਦੋਂ ਕਿਸੇ ਦੀ ਬੁਰਿਆਈ ਕਰਦੇ ਆ, ਉਹ ਨਹੀਂ ਜਾਣਦੇ ਕਿ ਉਹ ਪਾਪ ਨੂੰ ਆਪਣੇ ਜੀਵਨ 'ਚ ਜਨਮ ਦਿੰਦੇ ਆ। ਔਰ ਇੱਕ ਥਾਂ ਹੋਰ ਆ, ਜਦੋਂ ਕੋਈ ਕਿਸੇ ਦੀ ਬੁਰਾਈ ਕਰਦਾ ਉਹਦੇ ਵਿੱਚ ਹਾਮੀ ਭਰਦੇ ਆ, ਇਸੇ ਜ਼ੁਬਾਨ ਤੋਂ ਹਾਮੀ ਭਰਦੇ ਆ ਤੇ ਪਾਪ ਦਾ ਰੂਪ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਪੈਦਾ ਹੋ ਜਾਂਦਾ ਆ, ਪਾਪ ਦਾ ਬੀਜ ਉਹਦੇ ਜੀਵਨ 'ਚ ਡਿੱਗਿਆ ਜਾਂਦਾ ਆ। ਲਿਖਿਆ ਛੋਟੀ ਜਿਹੀ ਅਗਿਆਨੀ ਪੂਰੇ ਜੰਗਲ ਨੂੰ ਤਬਾਹ ਕਰਕੇ ਰੱਖਦੀ ਆ। ਇਸੇ ਤਰ੍ਹਾਂ ਇਹ ਜ਼ੁਬਾਨ ਆ ਛੋਟੀ ਆ, ਤੇਰੀ ਪੂਰੀ ਬੋਡੀ ਨੂੰ ਇਹ ਨਰਕ ਦਾ ਅਧਿਕਾਰੀ ਬਣਾ ਦਿੰਦੀ ਆ, ਪਰਮੇਸ਼ਵਰ ਦੇ ਪ੍ਰਤਾਪ ਤੋਂ ਦੂਰ ਕਰ ਦਿੰਦੀ ਆ। ਲਿਖਿਆ ਕੋਈ ਵੀ ਬੰਦਾ ਇਹਨੂੰ ਆਪਣੇ ਕਾਬੂ 'ਚ ਨਹੀਂ ਕਰ ਸਕਿਆ, ਲੇਕਿਨ ਜਦ ਖੁਦਾ ਦਾ ਰੂਹ ਬੰਦੇ ਦੇ ਅੰਦਰ ਆਉਂਦਾ ਆ ਤੇ ਆਟੋਮੈਟਿਕਲੀ ਇਹ ਕਾਬੂ ਹੋ ਜਾਂਦੀ ਆ, ਆਟੋਮੈਟਿਕਲੀ ਉਹਦੇ ਕਾਬੂ ਦੇ ਵਿੱਚ ਹੋ ਜਾਂਦੀ ਆ। ਕਿੰਨਾ ਜ਼ਰੂਰੀ ਆ ਖੁਦਾ ਦਾ ਪਵਿੱਤਰ ਆਤਮਾ ਹੋਣਾ, ਤਾਂ ਜੋ ਇਸ ਜ਼ੁਬਾਨ ਤੋਂ ਸਿਰਫ ਔਰ ਸਿਰਫ ਪ੍ਰਭੂ ਦੀ ਮਹਿਮਾ ਹੋਵੇ। ਲਿਖਿਆ ਯਸ਼ਾਇਆ ਦੇ ਕੋਲ ਜਦੋਂ ਸਰਾਫੀ ਆਇਆ, ਉਹਨੇ ਭੱਖ ਦਾ ਕੋੜਾ ਚੱਕਿਆ ਤੇ ਉਹਦੀ ਜ਼ੁਬਾਨ ਦੇ ਉੱਪਰ ਲਗਾ ਦਿੱਤਾ। ਅੱਜ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਤੁਹਾਡੀ ਬੋਡੀਆਂ ਦੇ ਉੱਪਰ ਲਗਾ ਦੇਣਾ ਆ, ਤੁਹਾਡੀ ਦਰਦਾਂ ਵਾਲੀ ਜਗ੍ਹਾ ਜੋ ਤੇ ਲਗਾ ਦੇਣਾ ਆ, ਪਵਿੱਤਰ ਆਤਮਾ ਤੁਹਾਨੂੰ ਛੂਹਿਆ ਕਰਵਾ ਬੰਦਨਾ ਤੋਂ ਆਜ਼ਾਦ ਕਰੇ, ਥੈਂਕ ਯੂ ਜੀਸਸ।
ਮੰਗਦਾ ਹਾਂ ਬੜਾ ਤੁਹਾਡੀ ਜ਼ੁਬਾਨ ਦੇ ਉੱਪਰ ਵੀ ਆ ਜਾਵੇ, ਤੁਹਾਡੀ ਜ਼ੁਬਾਨ ਪਵਿੱਤਰ ਹੋ ਜਾਵੇ। ਅੱਜ ਉਹ ਵੀ ਮੰਗਦਾ ਹੋਇਆ ਬੜਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਆ ਜਾਵੇ, ਤਾਂ ਜੋ ਇਹ ਜ਼ਿੰਦਗੀਆਂ ਪਰਮੇਸ਼ਵਰ ਤੋਂ ਮੰਗ ਹੁੰਦੀਆਂ ਹੋ ਜਾਣ। ਆਮੇਨ।